अस्सलामु अलैकुम। बारिश हो रही है, कल रात तू बारिश हो रही है। वैसे भी पानी लाना ही जानवरों के चारे नू, ते अल्लाह ताला दा शुक्र है कि मालिक ने बारिश पा दी है, ते हुण खाद खिला दिंदे आ। बारिश सब तो औखा काम हुंदा जनाब, जानवरों का चारा कट्टना। बारिश थोड़ी सी हल्की हुई ही, तो असी चारा लैन आए हैं, चारा चूरा कट्टिया, तो बारिश मजीद तेज हो गई है, तो हुण असी चारा कट लिया, हुण असी लैके जानवर लई चारे।
ਹੁਣ ਭੁੱਖ ਵੀ ਲੱਗ ਗਈ ਹੈ ਅਤੇ ਆਓ ਤੁਹਾਨੂੰ ਆਪਣੇ ਮੁਹੱਲੇ ਦੀ ਦੁਕਾਨ ਦੀ ਸੈਰ ਕਰਾਉਂਦੇ ਹਾਂ ਅਤੇ ਉੱਥੋਂ ਕੋਈ ਚੀਜ਼ ਲੈਂਦੇ ਹਾਂ ਅਤੇ ਉਹ ਖਾਂਦੇ ਹਾਂ। ਸਰਦੀ ਬਹੁਤ ਹੈ ਅਤੇ ਦੁਕਾਨ 'ਤੇ ਚੀਜ਼ ਲੈਣ ਆਏ ਹਾਂ ਅਤੇ ਦੁਕਾਨ ਵਾਲੇ ਭਾਈ ਨੇ ਅੱਗ ਬਾਲੀ ਦੀ ਹੈ ਅਤੇ ਪਹਿਲੇ ਅੱਗ ਸੇਕ ਲੈਂਦੇ ਹਾਂ ਅਤੇ ਬਾਅਦ 'ਚ ਦੁਕਾਨ ਕੋਈ ਚੀਜ਼ ਲੈਂਦੇ ਹਾਂ ਨਾਲੇ ਛੋਟੇ ਬੱਚਿਆਂ ਵਾਸਤੇ ਕੋਈ ਚੀਜ਼ ਲੈ। ਬਾਈ 30 ਰੁਪਏ ਦਾ ਰਸ ਦੇ ਦਿਓ ਅਤੇ ਕੋਈ ਬੱਚਿਆਂ ਦੀ ਰਿਓੜੀਆਂ ਦੇ ਦਿਓ 20 ਰੁਪਏ ਦੀ। ਸਾਡੇ ਮੁਹੱਲੇ 'ਚ ਛੋਟੀ ਜਿਹੀ ਦੁਕਾਨ ਹੈ ਅਤੇ ਇੱਥੋਂ ਜ਼ਰੂਰਤ ਦੀ ਹਰ ਚੀਜ਼ ਜਿਹੜੀ ਹੈ ਮਿਲ ਜਾਂਦੀ। بسم اللہ الرحمن الرحیم ਬਾਰਿਸ਼ਾਂ ਦਾ ਸਿਲਸਿਲਾ ਖਤਮ ਹੋਣ ਤੋਂ ਬਾਅਦ ਜਦੋਂ ਧੁੱਪ ਨਿਕਲੇਗੀ ਸੂਰਜ ਨਿਕਲੇਗਾ ਅਤੇ ਮਜ਼ੀਦ ਫਸਲਾਂ ਦੀ ਹਰਿਆਲੀ ਔਰ ਖੂਬਸੂਰਤੀ ਮਜ਼ੀਦ ਵੇਖਣ ਵਾਲੀ ਹੋਏਗੀ ਅਤੇ ਇਨਸ਼ਾਅੱਲਾ ਇਹ ਵੀਡੀਓ ਅਗਰ ਤੁਹਾਨੂੰ ਪਸੰਦ ਆਈ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਅਗਲੀ ਵੀਡੀਓ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ।